ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਰਮਸਟ੍ਰង ਟੀਵੀ ਤੇ ਜੋਬ ਅਲਰਟ ਤੇ ਤਾਂ ਅੱਜ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਰੇਲਵੇ ਭਰਤੀ ਦੀ ਅਪਡੇਟ ਆਈ ਹੈ ਸੋ 11558 ਜਿਹੜੀਆਂ ਅਸਾਮੀਆਂ ਨੇ ਇਹਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤਾਂ ਪੂਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਰੇਲਵੇ ਭਰਤੀ ਬੋਰਡ ਜਿਹਨੂੰ ਆਪਾਂ RRBS ਕਹਿੰਦੇ ਹਾਂ ਤਾਂ ਅਧਿਕਾਰਤ ਤੌਰ ਤੇ 2 ਦਸੰਬਰ ਨੂੰ RRB NTPC 2024 ਇਹਦੀ ਭਰਤੀ ਦੀ ਜਿਹੜੀ ਘੋਸ਼ਣਾ ਕੀਤੀ ਸੀ ਇਹ ਡਰਾਈਵ ਭਾਰਤੀ ਰੇਲਵੇ ਦੇ ਅੰਦਰ ਵੱਖ-ਵੱਖ ਗੈਰ-ਤਕਨੀਕੀ ਪ੍ਰਸਿੱਧ ਸਹਰੇਣੀਆਂ ਵੱਖ-ਵੱਖ ਸਹਰੇਣੀਆਂ ਜਿਹੜੀਆਂ ਤਾਂ ਇਹਦੇ ਵਿੱਚ ਕੁੱਲ 11558 ਅਸਾਮੀਆਂ ਜਿਹੜੀ ਭਰੂਗੀ ਤਾਂ ਨੋਟੀਫਿਕੇਸ਼ਨ ਦੇ ਵਿੱਚ ਗ੍ਰੈਜੂਏਟ ਅੰਡਰਗ੍ਰੈਜੂਏਟ ਪੱਧਰ ਦੀਆਂ ਅਉਦਾਂ ਲਈ ਜਿਹੜੀਆਂ ਵੈਕੈਂਸੀਆਂ ਨੇ ਸੂ ਤਰੀਕਾ ਨੇ ਮਾਪਦੰਡ ਨੇ ਐਪਲੀਕੇਸ਼ਨ ਪ੍ਰੋਸੈਸ ਹੈ ਸਾਰੀ ਜਾਣਕਾਰੀ ਜਿਹੜੀ ਸ਼ਾਮਲ ਕੀਤੀ ਗਈ ਹੈ ਤਾਂ ਜਿਹੜੇ ਅੰਡਰਗ੍ਰੈਜੂਏਟ ਅਪੋਸਟਾ ਨੇ ਤਾਂ ਉਹਦੇ ਵਿੱਚ ਵਿਦਿਆਕ ਜਿਹੜੀ ਯੋਗਤਾ ਹੈਗੀ ਉਹ ਘੱਟੋ-ਘੱਟ 12ਵੀਂ ਪਾਸ ਜਾਂ ਇਸ ਦੇ ਬਰਾਬਰ ਹੈ ਉਮਰ ਸੀਮਾ ਜਿਹੜੀ 18 ਤੋਂ 30 ਸਾਲ ਹੈ। ਉਮਰ ਦੇ ਵਿੱਚ ਛੋਟ ਹੈ ਜਿਹੜੀ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਜਿਹੜੀਆਂ ਰਾਖਵੀਆਂ ਸ਼੍ਰੇਣੀਆਂ ਨੇ ਜਿਨ੍ਹਾਂ ਨੂੰ ਜਿੰਨੀ ਛੋਟ ਮਿਲਦੀ ਹੈ ਉਹ ਮਿਲੇਗੀ। ਫਿਰ ਉਹਨੇ ਗ੍ਰੈਜੂਏਟ ਪੋਸਟਾਂ ਇਹਦੇ ਵਿੱਚ ਬੈਚਲਰ ਡਿਗਰੀ ਚਾਹੀਦੀ ਹੈ। ਅਗਰ ਤੁਸੀਂ ਗ੍ਰੈਜੂਏਟ ਪੋਸਟ ਭਰੋਗੇ ਉਮਰ ਸੀਮਾ ਇਹਦੇ ਵਿੱਚ 18 ਤੋਂ 33 ਸਾਲ ਹੈ। ਯਾਨੀ ਕਿ 12 12ਵੀਂ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੱਕ ਦੀਆਂ ਇਹਦੇ ਵਿੱਚ ਪੋਸਟਾਂ ਨੇ ਕੁੱਲ ਤਾਂ RRB NTPC ਦੀ ਸਾਈਟ ਤੇ ਇਹ ਨੋਟੀਫਿਕੇਸ਼ਨ ਜਿਹੜਾ ਅਪਡੇਟ ਹੋਣ ਜਾ ਰਿਹਾ ਹੈ ਇੱਥੇ ਸਾਰਾ ਪ੍ਰੋਸੈਸ ਦੱਸਿਆ ਹੈ RRB ਦੀ ਅਧਿਕਾਰਤ ਵੈਬਸਾਈਟ ਤੇ ਤੁਹਾਨੂੰ ਜਾਣਾ ਪਊਗਾ ਸੋ ਬਾਕੀ ਤੁਹਾਨੂੰ ਉੱਥੇ ਸਾਰੀ ਜਾਣਕਾਰੀ ਜਿਹੜੀ ਮਿਲ ਜਾਊਗੀ ਤਾਂ RRB ਐਸ ਜਰੂਰ ਪਾ ਲਿਓ ਜੇ ਤੁਸੀਂ ਸਰਚ ਕਰੋਗੇ ਸਾਈਟ ਤੇ ਤਾਂ ਇਹਦੇ ਵਿੱਚ ਫੀਸ ਦੀ ਗੱਲ ਕਰੀਏ ਪੇਪਰ ਫੀਸ ਇਮਤਿਹਾਨ ਫੀਸ ਐਗਜ਼ਾਮ ਫੀਸ ਹੁੰਦੀ ਹੈ ਜਿਹੜੀ ਉਹ ਸਰੇਣੀਆਂ ਦੇ ਆਧਾਰ ਤੇ ਵੱਖ-ਵੱਖ ਹੈ ਜਨਰਲ ਉਮੀਦਵਾਰ ਲਈ 500 ਰੁਪਏ ਜਿਹੜੀਆਂ ਰਿਜ਼ਰਵਡ ਸ਼੍ਰੇਣੀਆਂ ਨੇ ਜਿਹਦੇ ਵਿੱਚ ਪੀ ਡਬਲਯੂ ਡੀ ਟ੍ਰਾਂਸਜੈਂਡਰ ਆਗੇ ਸਾਬਕਾ ਸੈਨਕ ਐਸ ਸੀ ਐਸ ਟੀ ਘੱਟ ਗਿਣਤੀ ਅਤੇ ਆਰਕਤ ਤੌਰ ਤੇ ਜਿਹੜੇ ਪਛੜੇ ਵਰਗ ਨੇ ਤਾਂ ਉਹਨਾਂ ਲਈ 250 ਰੁਪਏ ਫੀਸ ਹੈ ਜਿਹੜੀ ਹੋਵੇਗੀ ਬਾਕੀ ਨੋਟੀਫਿਕੇਸ਼ਨ ਦੀ ਇੱਕ ਅਲੱਗ ਤੋਂ ਵੀਡੀਓ ਜ਼ਰੂਰ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਕਿਉਂਕਿ ਕੁਝ ਸਮਾਂ ਲੱਗਦਾ ਹੈ ਸਾਈਟ ਤੇ ਨੋਟੀਫਿਕੇਸ਼ਨ ਅਪਡੇਟ ਜਿਹੜਾ ਹੋਣ ਨੂੰ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ